ਚਲੋ ਵੀ ਕੋਈ ਪਤਾ ਹੈ ਕਿ ਸਭ ਤੋਂ ਪਹਿਲੇ ਨੰਬਰ ਦੀ ਚੋਣ ਕੀ ਜ਼ਰੂਰਤ ਹੈ। ਅਸੀਂ ਦੋਵੇਂ ਪਾਰਟੀਆਂ ਇਹ ਚਾਹੁੰਦੀਆਂ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ, ਇਹ ਸਭ ਤੋਂ ਦੋਨਾਂ ਪਾਰਟੀਆਂ ਦਾ ਪਹਿਲੇ ਨੰਬਰ ਦਾ ਇਸ਼ੂ ਹੈ। ਦੂਜਾ ਨੰਬਰ ਠੀਕ ਹੈ, ਕੁਛ ਪਾਰਟੀਆਂ ਇਹੋ ਜਿਹੀਆਂ ਹੈ ਜਿਹੜੀਆਂ ਅਮਨ ਸ਼ਾਂਤੀ ਪਾਰਟੀਆਂ ਕਹਿ ਲਓ ਜਾਂ ਇਹੋ ਜਿਹੇ ਲੋਕ ਹਨ ਜਿਹੜੇ ਪੰਜਾਬ ਨੇ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ। ਇਸ ਕਰਕੇ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਾਂਗਾ, ਪ੍ਰੈਸ ਨੂੰ ਬੇਨਤੀ ਕਰਾਂਗਾ ਕਿ ਇਹ ਖਾਸ ਧਿਆਨ ਦਿੱਤਾ ਰੱਖੇ। ਆਪਾਂ ਬੜੀ ਮੁਸੀਬਤ ਵਿੱਚ ਦੀ ਚੱਪੇ, ਅੱਗੇ ਮਸਾਂ ਇਹ ਹਾਲਾਤ ਠੀਕ ਕੀਤੇ ਹੈ ਅਤੇ ਹੁਣ ਜਿਹੜੀਆਂ ਸ਼ਕਤੀਆਂ ਇਹੋ ਜਿਹਾ ਕੰਮ ਕਰਦੀਆਂ ਉਹਨੂੰ ਕੰਡੈਮ ਕਰਨਾ, ਇਹ ਸਾਰੇ ਪੰਜਾਬੀਆਂ ਦਾ ਫਰਜ਼ ਹੈ। ਟਰੇਸ ਹੋ ਗਿਆ ਬਾਦਲ ਸਾਹਿਬ ਕੇਸ ਕਿਵੇਂ? ਮੈਂ ਕੱਲ੍ਹ ਦਾ ਦਿੱਤਾ, ਅਜੇ ਟਰੇਸ ਕੋਸ਼ਿਸ਼ ਕਰ ਰਿਹਾ, ਜੇ ਟਰੇਸ ਹੋਵੇ ਤਾਂ ਦੱਸ। ਸਰਕਾਰ ਬੁਰੀ ਤਰ੍ਹਾਂ ਫੇਲੀਅਰ ਆ ਤੋ ਦਾਵਾ ਵੀ ਕਰਦੇ ਆ ਇਹ ਸਰਕਾਰ ਬਣਾਉਣੀ ਆ। ਦੇਖੋ ਕਦੇ ਕੋਈ ਪਾਰਟੀ ਦਾਵਾ ਨਹੀਂ ਕਰਦੀ, ਮਤਲਬ ਹਰ ਇੱਕ ਦਾਵਾ ਕਰਦੀ ਮੈਂ ਸਰਕਾਰ ਬਣਾਉਣੀ। ਕਿੰਨੀਆਂ ਪਾਰਟੀਆਂ ਲੜਦੀਆਂ ਦੇਸ਼ ਦੀ ਸਰਕਾਰ ਬਣਾਉਣ ਵਾਸਤੇ, ਸੂਬਿਆਂ ਦੀਆਂ ਸਰਕਾਰਾਂ ਬਣਾਉਣ ਵਾਸਤੇ, ਕੋਈ ਇਹ ਤਾਂ ਕਰਦੇ ਨਹੀਂ ਵੀ ਅਸੀਂ ਇਲੈਕਸ਼ਨ ਲੜਨ ਵਾਸਤੇ ਇਲੈਕਸ਼ਨ ਲੜਨੇ। ਜਿਹਨੂੰ ਪਬਲਿਕ ਅਗਾਂਹ ਵਰਡਿਕਟ ਦਿੰਦੀ ਹੈ, ਆਪਣਾ ਫੈਸਲਾ ਦਿੰਦੀ ਹੈ, ਉਹਦੀ ਸਰਕਾਰ ਬਣ ਜਾਂਦੀ। ਪਿਛਲੀ ਵਾਰ ਵੀ ਕਾਂਗਰਸ ਵਾਲੇ ਸਾਡੇ ਤਾਂ ਬਣ ਹੀ ਗਈ, ਲੇਕਿਨ ਤੁਹਾਡੇ ਸਾਹਮਣੇ ਪਬਲਿਕ ਨੇ ਵਰਡਿਕਟ ਦਿੱਤਾ। ਆਹ ਕੁਛ ਕਈ ਜਣ ਐਤਕੀ ਥੰਪਿੰਗ ਮੈਜੋਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਸ ਅੱਜ ਦਿਨ ਜਿਹੜੀ ਗੈਂਗਵਾਰ ਹੋ ਰਹੀ ਹੈ ਔਰ ਦੇਰ ਰਾਤ ਵੀ ਇੱਕ ਗੈਂਗਵਾਰ ਹੋਈ ਹੈ ਤਰਨ ਤਾਰਨ ਜਿਹਦੇ ਵਿੱਚ ਦੋ ਗੁੱਟਾਂ ਦੇ ਵਿੱਚ ਔਰ ਉਹ ਸਰਕਾਰ ਸਰਕਾਰ ਤਨੀਆਂ ਦੀ ਵੀ ਗੈਂਗਵਾਰ ਕਰੀ। ਅਸੀਂ ਤਾਂ ਜੇ ਕੋਈ ਕਰਦਾ ਤਾਂ ਫੜਦੇ, ਇਹ ਪੂਰੀ ਕੋਸ਼ਿਸ਼ ਕਰਦੀ ਹੈ, ਪੂਰੀ ਅਲਰਟ ਹੈ ਸਰਕਾਰ। ਔਰ ਮੈਂ ਕਹਿ ਸਕਦਾ ਕਿ ਸਾਡਾ ਕ੍ਰਾਈਮ ਰੇਟ ਦੂਜੇ ਸੂਬਿਆਂ ਦੀ ਕ੍ਰਾਈਮ ਰੇਟ ਨਾਲ ਬਹੁਤ ਘੱਟ ਹੈ। ਕਾਹਦੀ ਜੀ? ਉਹ ਦੇਖ ਰਹੇ ਹਾਂ ਜੀ। ਅਸੀਂ ਸਰ ਕੱਲ੍ਹ